ਮੈਂ ਅੱਜ ਅਖਬਾਰ ਪੜ੍ਹਿਆ ਬਿਜਲੀ ਦੇ ਬਿੱਲ ਕਿਹਾ ਉਹਨਾਂ ਨੇ ਕਿ ਬਿਜਲੀ ਦੇ ਬਿੱਲ 1 ਰੁਪਿਆ ਘਟਾ ਦੇ ਐਡਾ ਵੱਡਾ ਫਰਾਡ ਤੇ ਝੂਠ ਬੋਲਿਆ ਤੁਸੀਂ ਦੇਖੋ ਕਿਸ ਚੀਜ਼ ਦੇ ਘਟਾਇਆ ਉਹਨਾਂ ਨੇ ਕਿਹਾ ਕਿ ਜਿਹੜਾ 200 ਯੂਨਿਟ ਤੱਕ ਬਾਲੂਗਾ ਬਿਜਲੀ ਦੇ ਉਹਦੇ 1 ਰੁਪਿਆ ਘਟੂਗਾ 200 ਯੂਨਿਟ ਤੱਕ ਤਾਂ ਫ੍ਰੀ ਹੈ ਆ ਬਿੱਲ ਨਹੀਂ ਘਟਾਏ ਉਹਨਾਂ ਬਿਜਲੀ ਰੇਟ ਨਹੀਂ ਘਟਾਏ ਇਹਨਾਂ ਨੇ ਆਪਣੀ ਸਬਸਿਡੀ ਘਟਾਤੀ ਕਿਉਂਕਿ ਉਸ ਰੇਟ 'ਤੇ ਸਬਸਿਡੀ ਹੁੰਦੀ ਦੇਣੀ ਪੈਂਦੀ ਹੈ ਸਰਕਾਰ ਨੇ 200 ਯੂਨਿਟ ਤੱਕ ਤਾਂ ਫ੍ਰੀ ਹੈ ਅਤੇ ਉਹ ਵੀ ਕਿਹਾ 2 ਕਿਲੋਵਾਟ ਤੱਕ ਜੇ 2 ਕਿਲੋਵਾਟ ਤੱਕ ਦਾ ਕਨੈਕਸ਼ਨ ਹੋਏ ਅਤੇ 200 ਯੂਨਿਟ ਤੱਕ ਘੱਟ ਹੋਏ ਫਿਰ 1 ਰੁਪਿਆ ਨਾ 2 ਕਿਲੋਵਾਟ ਦਾ ਕਿਸੇ ਤੋਂ ਘੱਟ ਅਤੇ ਨਾ 200 ਯੂਨਿਟ ਤੱਕ ਤਾਂ ਫ੍ਰੀ ਹੈ ਅਤੇ ਫ੍ਰੀ ਤੋਂ 1 ਰੁਪਿਆ ਘਟਾ ਦਿਉ ਆਹ ਕਾਗਜ਼ ਕਾਰਵਾਈ ਕੀਤੀ ਹੈ ਅਤੇ ਮੈਂ ਹੈਰਾਨ ਹੈ ਹਸਪਤਾਲਾਂ 'ਤੇ ਜਿਹੜੇ ਹਸਪਤਾਲ ਲੜਾਈ ਲੜ ਰਹੇ ਹੈ ਉਹਨਾਂ 'ਤੇ ਵਧਾਤੀ ਹੈ ਇੰਡਸਟਰੀ 'ਤੇ ਵਧਾਤੀ ਹੈ ਸਾਰਿਆਂ 'ਤੇ ਵਧਾਤੀ ਹੈ ਇਕੱਲਾ ਹੈੱਡਲਾਈਨ ਦਿਖਾਉਣ ਵਾਸਤੇ ਉਹਨਾਂ ਨੇ ਕਿਹਾ ਤਾਂ ਕਿ ਆਹ ਕਰ ਦਿੱਤਾ। ਲਿਬਰਲ ਟੀਵੀ ਪੰਜਾਬੀ।